ਜਗਬਾਣੀ ਪੰਜਾਬ ਕੇਸਰੀ ਟੀ ਵੀ ਦੇਖ ਰਹੇ ਹੋ ਤੁਸੀਂ ਅਤੇ ਅੱਜ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਖਬਰ ਜੋ ਕਿ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਮੁੜ ਤੋਂ ਖੁਸ਼ੀਆਂ ਆਈਆਂ ਨੇ। ਯਾਨੀ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਸ ਦਾ ਕਤਲ ਕਰ ਦਿੱਤਾ ਗਿਆ ਸੀ, ਅੱਜ ਉਹਨਾਂ ਦੇ ਘਰ ਮੁੜ ਖੁਸ਼ੀਆਂ ਆਈਆਂ ਨੇ। ਉਸਦੇ ਛੋਟੇ ਭਰਾ ਨੇ ਜਨਮ ਲਿਆ ਹੈ, ਮਾਤਾ ਚਰਨ ਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇੱਕ ਫੋਟੋ ਵੀ ਸ਼ੇਅਰ ਕੀਤੀ ਗਈ ਸੀ ਇੰਸਟਾਗ੍ਰਾਮ 'ਤੇ, ਉਸ ਤੋਂ ਬਾਅਦ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇੱਕ ਅਜਿਹੀ ਖਬਰ ਹੈ ਜਿਸ ਨੂੰ ਲੈ ਕੇ ਪੂਰੇ ਪੰਜਾਬ ਹੀ ਨਹੀਂ ਹੋਰ ਵੀ ਦੇਸ਼ਾਂ ਦੇ ਵਿੱਚ ਇਸ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ, ਖਬਰ ਸਾਹਮਣੇ ਆਉਂਦੀ ਹੈ, ਤਾਂ ਖੁਸ਼ੀ ਦਾ ਆਲਮ ਛਾ ਜਾਂਦਾ ਹੈ। ਲੋਕਾਂ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲਦੀ ਹੈ। ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਲੋਕ ਖੁਸ਼ ਦਿਖਾਈ ਦੇ ਰਹੇ ਨੇ। ਜਦੋਂ ਇਹ ਜਗਬਾਣੀ ਪੰਜਾਬ ਕੇਸਰੀ ਵੱਲੋਂ ਇਹ ਖਬਰ ਪਬਲਿਸ਼ ਕੀਤੀ ਗਈ, ਲਾਈਵ ਕੀਤੀ ਗਈ, ਤਾਂ ਤਕਰੀਬਨ 3000 ਬੰਦਾ ਜਿਹੜੇ ਦਰਸ਼ਕ ਸੀਗੇ ਇਸ ਨੂੰ ਲਗਾਤਾਰ ਦੇਖਦੇ ਪਏ ਸੀ। ਤਾਂ ਇਸ ਪੂਰੇ ਮਾਮਲੇ 'ਤੇ ਗੱਲਬਾਤ ਕਰਾਂਗੇ, ਕਿਉਂਕਿ ਇੱਕ ਜੋ ਇਸ ਖਬਰ ਨੂੰ ਇਸ ਮਾਇਨੇ ਤੋਂ ਵੀ ਇਸ ਐਂਗਲ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਜੋ ਮਾਤਾ ਚਰਨ ਕੌਰ ਸੀ ਟੁੱਟ ਚੁੱਕੀ ਸੀ ਪੂਰੀ ਤਰ੍ਹਾਂ, ਉਸਦੇ ਵਿੱਚ ਕਿਵੇਂ ਵਿਲ ਪਾਵਰ ਆਈ ਅਤੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਲਾਈਨ 'ਤੇ ਡਾਕਟਰ ਹਰਸ਼ਿੰਦਰ ਕੌਰ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਕਿ ਸਮਾਜ ਸੇਵੀ ਵੀ ਨੇ ਅਤੇ ਔਰਤਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਸਪੀਚਸ ਦਿੱਤੀਆਂ ਜਾਂਦੀਆਂ ਨੇ ਜੋ ਕਿ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੁੰਦੀਆਂ ਨੇ, ਜਾਂ ਵੱਡੇ ਵੱਡੇ ਜਦੋਂ ਇਕੱਠ ਹੁੰਦੇ ਨੇ ਉੱਥੇ ਜਾ ਕੇ ਇਹਨਾਂ ਨੂੰ ਬੋਲਣ ਦਾ ਮੌਕਾ ਮਿਲਦਾ, ਤਾਂ ਬਹੁਤ ਵਧੀਆ ਜਿਹੜੀ ਔਰਤਾਂ ਦੇ ਹੱਕਾਂ ਦੇ ਪ੍ਰਤੀ ਆਪਣੀ ਗੱਲ ਰੱਖਦੇ ਨੇ। ਸਵਾਗਤ ਕਰਦੇ ਹਾਂ ਮੈਮ, ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਰਵਿੰਦਰ ਜੀ, ਤੇ ਜਿੰਨੇ ਵੀ ਸੁਣ ਰਹੇ ਨੇ ਵੇਖ ਰਹੇ ਨੇ ਸਾਰਿਆਂ ਨੂੰ ਬਹੁਤ ਨਿੱਕੀ ਸਤਿ ਸ਼੍ਰੀ ਅਕਾਲ। ਮੈਮ, ਇੱਕ ਇਹ ਬਹੁਤ ਵੱਡੀ ਅੱਜ ਦੀ ਅਪਡੇਟ ਹੈਗੀ ਹੈ ਕਿ ਕਿਵੇਂ ਜਦੋਂ ਮਾਤਾ ਚਰਨ ਕੌਰ ਦੇ ਵੱਲੋਂ ਇੱਕ ਬੱਚੇ ਨੂੰ ਜਨਮ ਦਿੱਤਾ ਜਾਂਦਾ ਤਾਂ ਖੁਸ਼ੀ ਦਾ ਆਲਮ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਤਾਂ ਦੇਖਣ ਨੂੰ ਹੀ ਮਿਲਦਾ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਕੁਲਵਿੰਦਰ ਜੀ, ਦੋ ਤਿੰਨ ਪਹਿਲੂ ਨੇ ਜੇ ਅਸੀਂ ਥੋੜਾ ਜਿਹਾ ਧਿਆਨ ਕਰੀਏ। ਇੱਕ ਤਾਂ ਤਗੜਾ ਸੁਨੇਹਾ ਜੋ ਸਾਡੇ ਵੱਡੇ ਵੱਡੇ ਪੀਰ ਪੈਗੰਬਰ ਵੀ ਇੱਥੇ ਦਿੰਦੇ ਗਏ ਕਿ ਭਾਈ ਕੋਈ ਵੀ ਇਸ ਦੁਨੀਆਂ 'ਚ ਸਦੀਵੀ ਨਹੀਂ ਹੈ। ਸੋ ਭਾਵੇਂ ਉਹ ਅੱਤ ਦਾ ਜ਼ਾਲਮ ਹੋਏ ਜਾਂ ਫਿਰ ਕੋਈ ਵੀ ਬਹੁਤ ਜ਼ਿਆਦਾ ਚੰਗਾ ਆਗੂ ਹੋਵੇ ਜਾਂ ਗੁਰੂ ਹੋਣ, ਕੋਈ ਵੀ ਹੋਵੇ, ਉਹ ਸਦੀਵੀ ਨਹੀਂ ਹਨ, ਪਹਿਲੀ ਚੀਜ਼। ਦੂਸਰੀ ਚੀਜ਼ ਕਿ ਜੇ ਸਾਨੂੰ ਇਹ ਪਤਾ ਜੇ ਤਾਂ ਫਿਰ ਇਹਦਾ ਮਤਲਬ ਹੈ ਅਸੀਂ ਢਹਿੰਦੀ ਕਲਾ ਵੱਲ ਨਾ ਜਾ ਕੇ ਇੱਕ ਸੁਚਾਰੂ ਜੇ ਅਸੀਂ ਸੋਚ ਰੱਖੀਏ ਜਿਸ ਨਾਲ ਅਗਲੀ ਜ਼ਿੰਦਗੀ ਅਸੀਂ ਕਿਸ ਤਰੀਕੇ ਆਪਣੀ ਨਿਭਾਉਣੀ ਹੈ ਉਹਨੂੰ ਇੱਕ ਸ਼ੇਪ ਦੇ ਦਈਏ, ਯਾਨੀ ਉਹ ਇੱਕ ਵੱਖਰਾ ਰਸਤਾ ਸਾਡੇ ਪੰਜਾਬੀਆਂ ਨੂੰ ਆਉਂਦਾ ਜੇ ਜਿੱਥੇ ਅਸੀਂ ਜੂਝਦੇ ਹੀ ਰਹੇ ਹਾਂ ਜੀ। ਸਾਡਾ ਇਤਿਹਾਸ ਅਜਿਹਾ ਹੈ ਜਿੱਥੇ ਅਸੀਂ ਝੂਰ ਕੇ ਨਹੀਂ ਬਹਿੰਦੇ, ਸਾਡੇ ਤਾਂ ਸਿਰ ਜਿਸ ਤਰੀਕੇ ਜਿਨ੍ਹਾਂ ਦੇ ਮੁੱਲ ਪੈਂਦੇ ਰਹੇ ਫਿਰ ਵੀ ਖਤਮ ਨਹੀਂ ਪੰਜਾਬੀ ਹੋ ਸਕੇ। ਕਾਰਨ ਇੱਕੋ ਕਿ ਅਸੀਂ ਚੜ੍ਹਦੀ ਕਲਾ ਦੇ ਪ੍ਰਤੀਕ ਹਾਂ ਕਿ ਜਿੰਨਾ ਵੀ ਔਖਾ ਸਮਾਂ ਆ ਜਾਏ ਅਸੀਂ ਉਹਦੇ ਵਿੱਚੋਂ ਹਮੇਸ਼ਾ ਲੋਚਦੇ ਹਾਂ ਕੁਝ ਹੋਰ ਪੋਜ਼ਿਟਿਵਿਟੀ, ਕੁਝ ਹੋਰ ਸਕਾਰਾਤਮਕ ਸੋਚ ਜਿਹੜੀ ਉਪਜਦੀ ਹੈ। ਉਹਦੀ ਇੱਕ ਬੜੀ ਕਮਾਲ ਦੀ ਐਗਜ਼ਾਮਪਲ ਜੇ ਜਿਹੜੀ ਇਸ ਵੇਲੇ ਮਾਤਾ ਚਰਨ ਕੌਰ ਜੀ ਨੇ ਜੋ ਸਾਨੂੰ ਦਿਖਾਈ ਹੈ ਕਿ ਬਈ ਜਿਵੇਂ ਮੈਨੂੰ ਤਾਂ ਨਾ ਨੀਰ ਮੰਨੂ ਦੀ ਜੇਲ੍ਹ ਵਾਲੀਆਂ ਉਹ ਬੀਬੀਆਂ ਹੀ ਚੇਤੇ ਆ ਗਈਆਂ ਸਨ ਜਿਹੜੀਆਂ ਕਹਿੰਦੀਆਂ ਸਨ ਇੱਕ ਨੀ ਹਜ਼ਾਰਾਂ ਹੀ ਵਾਰ ਦਿਆਂਗੇ, ਸਾਡੇ ਹੋਰ ਹੋਣਗੇ ਤਾਂ ਵੀ, ਪਰ ਜ਼ੁਲਮ ਦੇ ਖਿਲਾਫ਼ ਜੰਗ ਜਾਰੀ ਰੱਖਾਂਗੇ ਜੀ। ਸੋ ਉਹੀ ਜਿਹੀ
ਇੱਕ ਜੰਗ ਦੀ ਅਸੀਂ ਮੰਨ ਸਕਦੇ ਹਾਂ ਕਿ ਉਹਨਾਂ ਨੇ ਇੱਕ ਜੰਗ ਦਿੱਤੀ ਹੈ ਕਿ ਆਓ ਜਿਹੜਾ ਤੁਸੀਂ ਜ਼ੁਲਮ ਕਰਨਾ ਸੀ ਕੀਤਾ। ਆ ਮੈਂ ਮੂੰਹ ਤੋੜ ਜਵਾਬ ਦੇ ਰਹੀ ਹਾਂ ਕਿ ਸਾਡੀ ਪੰਜਾਬ ਦੀ ਇੱਕ ਔਰਤ ਕੀ ਕੁਛ ਕਰ ਵਿਖਾਉਂਦੀ ਹੈ। ਸੋ ਉਹ ਇੱਕ ਬੜਾ ਕਮਾਲ ਦਾ ਸੁਨੇਹਾ ਹੈ। ਤੇ ਇੱਕ ਤੀਸਰਾ ਹੋਰ ਜੋ ਮੈਂ ਜ਼ਰੂਰ ਜਿਹਦਾ ਜ਼ਿਕਰ ਕਰਨਾ ਚਾਹਵਾਂਗੀ ਕਿ ਜਿਹੜਾ ਇਸ ਵੇਲੇ ਦਾ ਜ਼ਾਲਮ ਹੈ, ਜੋ ਇਹ ਢੰਗ ਲੱਭ ਰਹੇ ਨੇ ਕਿ ਅਸੀਂ ਪੰਜਾਬ ਦੇ ਪੁੱਤ ਮਾਰ ਦੇਣੇ ਨੇ। ਮੈਂ ਇਕੱਲਾ ਇੱਕ ਸਾਡਾ ਸ਼ੁਭਦੀਪ ਤੱਕ ਸੀਮਤ ਨਹੀਂ ਹਾਂ, ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਨੇ ਇਸ ਵੇਲੇ, ਬਲਕਿ ਲੱਖਾਂ ਤੱਕ ਪਹੁੰਚ ਚੁੱਕੇ ਹੋਣਗੇ ਜਿਨ੍ਹਾਂ ਨੂੰ ਜ਼ਬਰੀ ਨਸ਼ੇ ਵੱਲ ਉਹਨਾਂ ਨੂੰ ਧੱਕ ਦਿੱਤਾ ਗਿਆ ਹੈ। ਇਹ ਜੋ ਵੀ ਜ਼ਬਰੀ ਧੱਕ ਰਹੇ ਨੇ, ਇਹ ਸੁਨੇਹਾ ਉਹਨਾਂ ਲਈ ਵੀ ਹੈ ਕਿ ਤੁਸੀਂ ਲੋਕਾਂ ਦੀਆਂ ਕੁੱਖਾਂ ਪਾਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਨੂੰ ਮਾਰ ਮੁਕਾਉਣ ਦਾ ਯਤਨ ਕਰ ਰਹੇ ਹੋ, ਪਰ ਉਹ ਸਾਰਿਆਂ ਵਿੱਚੋਂ ਸੂਰਮੇ ਉੱਗਦੇ ਹੀ ਰਹਿਣਗੇ। ਧਰਤੀ ਬੰਜਰ ਨਹੀਂ ਜੇ ਹੋਣ ਵਾਲੀ। ਬਿਲਕੁਲ ਮੈਮ, ਤੁਸੀਂ ਜੇ ਆਪਾਂ ਗੱਲ ਕਰੀਏ ਭਰੂਣ ਹੱਤਿਆ 'ਤੇ ਕਾਫੀ ਜ਼ਿਆਦਾ ਕੰਮ ਕੀਤਾ। ਇੱਕ ਪਾਸੇ ਉਹ ਔਰਤਾਂ ਹੁੰਦੀਆਂ ਨੇ ਜਿਹੜੀਆਂ ਕਿ ਭਰੂਣ ਹੱਤਿਆ ਦੇ ਹੱਕ ਦੇ ਵਿੱਚ ਉਹਨਾਂ ਨੂੰ ਖੜਨਾ ਪੈ ਜਾਂਦਾ ਹੈ, ਕੋਈ ਵੀ ਕਾਰਨ ਕੋਈ ਵੀ ਹੋਵੇ, ਚਾਹੇ ਪਰਸਨਲੀ ਹੋਵੇ ਚਾਹੇ ਕੁਛ ਵੀ ਹੋਵੇ। ਪਰ ਦੂਜੇ ਪਾਸੇ ਜਦੋਂ ਇਸ ਤਰ੍ਹਾਂ ਦੀ ਐਗਜ਼ਾਮਪਲ ਆਉਂਦੀ ਹੈ ਤਾਂ ਦੇਖੋ ਕਿਵੇਂ ਇੱਕ ਜਿਹੜੀ ਮਾਂ ਹੈ ਉਹ ਇੱਕ ਬੱਚੇ ਨੂੰ ਲੋਚਦੀ ਸੀ, ਅੱਜ ਉਸਨੇ ਇੱਕ ਬੱਚੇ ਨੂੰ ਜਨਮ ਦੇ ਵੀ ਦਿੱਤਾ। ਪਰ ਦੂਜੇ ਪਾਸੇ ਜਿਨ੍ਹਾਂ ਨੂੰ ਪਰਮਾਤਮਾ ਬੱਚੇ ਦੀ ਦਾਤ ਬਖਸ਼ਦਾ ਹੈ, ਉਹ ਜਿਹੜੀਆਂ ਔਰਤਾਂ ਹੈਗੀਆਂ ਨੇ ਕਿਸੇ ਕਾਰਨ ਕਰਕੇ ਤਾਂ ਉਹ ਫੀਮੇਲ ਫੋਰਟੀਸਾਈਡ ਦੇ ਵੱਲ ਵੱਧਦੀਆਂ ਨੇ। ਕਾਰਨ ਕੀ ਸਮਝਦੇ ਹੋ? ਦੇਖੋ ਇਹਦੇ ਕਾਰਨ ਕੋਈ ਇੱਕ ਦੋ ਨਹੀਂ, ਬਹੁਤ ਜ਼ਿਆਦਾ ਨੇ, ਕਿਉਂਕਿ ਮੈਂ ਇਹਦੇ ਤੇ ਖੋਜ ਕੀਤੀ ਹੈ ਲਗਭਗ 29 ਸਾਲ, ਜਿਨ੍ਹਾਂ ਵਿੱਚ ਅਸੀਂ ਬਹੁਤ ਸਾਰੇ ਵਿਸ਼ਵ ਪੱਧਰੀ ਪੇਪਰ ਵੀ ਸਾਡੇ ਪਬਲਿਸ਼ ਹੋਏ, ਪ੍ਰੈਜੈਂਟ ਵੀ ਕੀਤੇ। ਕਾਰਨ ਬਹੁਤ ਸਾਰੇ ਨੇ, ਆਪਣੇ ਆਪਣੇ ਕਾਰਨ ਵੀ ਬੜੇ ਲੋਕ ਬਣਾ ਲੈਂਦੇ ਨੇ, ਯਾਨੀ ਕਾਰਨ ਨਾ ਵੀ ਹੋਵੇ ਤਾਂ ਵੀ ਬਣਾ ਲੈਣਾ ਭਾਈ ਇਹਨਾਂ ਤੇ ਜ਼ੁਲਮ ਹੋ ਰਿਹਾ ਤੇ ਅਸੀਂ ਮਾਰ ਹੀ ਦੇਣੀ ਹੈ। ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਜੇ ਚੋਰੀ ਹੁੰਦੀ ਹੋਵੇ ਤੇ ਅਸੀਂ ਕਹੀਏ ਵੀ ਅੱਜ ਤੋਂ ਬਾਅਦ ਅਸੀਂ ਭੁੱਖੇ ਸੌਣਾ ਸ਼ੁਰੂ ਕਰ ਦੇਵਾਂਗੇ, ਚੋਰਾਂ ਨੂੰ ਫੜਨਾ, ਨਾ ਕਿ ਪੁੱਠਾ ਕੰਮ ਅਸੀਂ ਸ਼ੁਰੂ ਕਰ ਦੇਣਾ ਵੀ ਗਰੀਬੀ ਹੈ ਤੇ ਗਰੀਬ ਮਾਰ ਦਿਓ। ਇਹ ਢੰਗ ਨਹੀਂ ਹੁੰਦਾ। ਅਸੀਂ ਕਹੀਏ ਵੀ ਇਹ ਸਮਾਜ ਵਿੱਚ ਜ਼ੁਲਮ ਵੱਧ ਰਿਹਾ ਔਰਤਾਂ ਪ੍ਰਤੀ ਤੇ ਅਸੀਂ ਔਰਤਾਂ ਜੰਮਣ ਹੀ ਨਹੀਂ ਦੇ ਰਹੀਆਂ, ਸੋ ਇਹ ਬਿਲਕੁਲ ਗਲਤ ਸੋਚ ਹੈ ਜਿਸ ਦੇ ਅਧੀਨ ਇਹ ਕੰਮ ਸ਼ੁਰੂ ਹੋਇਆ ਕਿ ਇਹ ਸਾਡੀ ਜੇ ਘਰ ਵਿੱਚ ਧੀ ਜੰਮੇਗੀ ਸਾਨੂੰ ਸਿਰ ਨੀਵਾਂ ਕਰਨਾ ਪਏਗਾ, ਦਾਜ ਦੇਣਾ ਪਵੇਗਾ, ਤੇ ਫਿਰ ਇਹਦੀ ਕੌਣ ਰਾਖੀ ਕਰੇਗਾ, ਤੇ ਜੇ ਕਿਸੇ ਨੇ ਆਪਣੀ ਮਰਜ਼ੀ ਨਾਲ ਵਿਆਹ ਕਰ ਲਿਆ ਤਾਂ ਸਾਨੂੰ ਪਸੰਦ ਨਹੀਂ, ਸਾਡੀ ਸਾਰੀ ਦੀ ਸਾਰੀ ਇੱਜ਼ਤ ਪਿਓ ਦੀ ਪੱਗ ਇਕੱਲੀ ਧੀ ਉੱਤੇ ਹੀ ਸੀਮਤ ਹੋ ਜਾਂਦੀ ਹੈ ਕਿ ਜੇ ਧੀ ਨੂੰ ਜੇ ਕਿਸੇ ਨੇ ਬਲਾਤਕਾਰ ਕੀਤਾ ਤੇ ਉਹ ਸ਼ਰਮਸਾਰ ਪਿਓ ਹੀ ਹੋਵੇ ਵੀ ਮੇਰੀ ਧੀ ਨਾਲ ਹੋਏ, ਯਾਨੀ ਅਸੀਂ ਜਿਹੜਾ ਗੁਨਾਹ ਕਰਨ ਵਾਲਾ ਉਸ ਟੱਬਰ ਉੱਤੇ ਉਂਗਲ ਚੱਕਣ ਦੀ ਬਜਾਏ ਸਾਰਾ ਦਾ ਸਾਰਾ ਜ਼ਿੰਮਾ ਉਸ ਧੀ ਦੇ ਉੱਤੇ ਹੀ ਰੱਖ ਦਿੰਦੇ ਹਾਂ। ਸੋ ਇਹ ਜੇ ਇੰਨੀ ਕੀ ਗੱਲ ਸਮਝ ਆ ਜਾਏ ਸਾਨੂੰ ਕਿ ਧੀਆਂ ਮਾਰ ਮੁਕਾਉਣ ਨਾਲ ਸਗੋਂ ਗਿਣਤੀ ਹੋਰ ਘਟੀ ਜਾਣੀ ਹੈ, ਤੇ ਉਹਦੇ ਨਾਲ ਸਗੋਂ ਜ਼ੁਲਮ ਔਰਤਾਂ ਤੇ ਵਧਣ ਵਾਲਾ, ਜੇ ਜਿੱਥੇ ਆਪੇ ਹੀ ਸੋਚ ਲਓ ਵੀ 10 ਮੁੰਡਿਆਂ ਪਿੱਛੇ ਇੱਕ ਹੋਏਗੀ ਕੁੜੀ, ਤਾਂ ਉਹ ਕਿਸ ਤਰ੍ਹਾਂ ਅਸੀਂ ਉਹਨੂੰ ਸੁਰੱਖਿਅਤ ਮੰਨ ਸਕਦੇ ਹਾਂ? ਯਾਨੀ ਉਹ ਜੇ 10 ਨੇ ਉਸਨੂੰ ਆਪਾਂ ਇਹ ਜੇ ਸ਼ੁਰੂ ਕਰ ਦਿਆਂਗੇ ਇਸ ਤਰ੍ਹਾਂ ਵੀ ਕਿਹਦੇ ਵੱਲ ਉਹਨੂੰ ਖਿੱਚਣਾ ਧੋਣਾ, ਤੇ ਅਲਟੀਮੇਟਲੀ ਕੋਈ ਨਾ ਕੋਈ ਖੁੰਦਕ ਕੱਢਣ ਪਿੱਛੇ ਉਹਨੂੰ ਮਾਰ ਮੁਕਾਏਗਾ, ਜਾਂ ਉਹਦਾ ਜਿਸ ਤਰੀਕੇ ਪੱਤ ਲੁੱਟੀਆਂ ਜਾ ਰਹੀਆਂ ਇਸ ਵੇਲੇ ਸਾਡੇ ਸਾਹਮਣੇ ਨੇ, ਸੋ ਇਹ ਗਲਤ ਰਾਹ ਅਖਤਿਆਰ ਕਰ ਰਹੇ ਹਾਂ। ਤੇ ਇਹਦੇ ਨਾਲ ਜਿਸ ਤਰੀਕੇ ਸਾਡੇ ਕੋਲ ਇਸ ਵੇਲੇ 383 ਜਾਤੀਆਂ ਦਾ ਸਬੂਤ ਹੈਗਾ ਜੇ, ਜੋ ਇਤਿਹਾਸ ਵਿੱਚੋਂ ਗਾਇਬ ਹੋ ਗਈਆਂ ਸਿਰਫ ਇਸੇ ਕਾਰਨ ਕਿ ਭਰੂਣ ਹੱਤਿਆ ਕਰ ਰਹੀਆਂ ਸਨ, ਸੋ ਇਹ ਤਾਂ ਗਲਤ ਜੇ
ਪਰ ਜਦੋਂ ਦੂਜਾ ਪੱਖ ਦੇਖਦੇ ਹਾਂ ਜ਼ੁਲਮ ਹੋਏ ਦਾ, ਕਿ ਸਾਡੇ ਕੋਲ ਇਹੋ ਜਿਹੀਆਂ ਵੀ ਨੇ ਜਿਹਨਾਂ ਨੇ ਧੀ ਜੰਮੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਸਾਡੇ ਤਾਂ ਅੱਜ ਦੇ ਦਿਨ ਵੀ ਹੋਸਪਿਟਲ ਦੇ ਵਿੱਚ ਜਦੋਂ ਧੀ ਜੰਮੀ ਹੁੰਦੀ ਹੈ ਤਾਂ ਉਹ ਇੱਕ ਲਾਈਵ ਐਗਜ਼ਾਮਪਲ ਜੇ ਸਾਡੇ ਸਿਰਫ ਦਸ ਕੁ ਦਿਨ ਹੀ ਪਹਿਲਾਂ ਕਿ ਉਹਨੂੰ ਉਹਦੇ ਪਿਤਾ ਤੇ ਦਾਦੇ ਨੇ ਸ਼ਰਾਬ ਦੇ ਨਸ਼ੇ ਹੇਠ ਇਹਨੂੰ ਕੁਲੈਣੀ ਕੁਲੱਛਣੀ ਜੋ ਕੁਛ ਬੋਲਣਾ ਸੀ, ਪੱਥਰ ਜੰਮ ਪਿਆ ਸਾਡੇ ਘਰ, ਅਸੀਂ ਮਾਰਨਾ ਲਿਆਓ ਫੜਾਓ ਸੀ, ਤੇ ਉਹ ਲੈ ਕੇ ਵੀ ਗਏ ਤੇ ਮੁੜ ਕੇ ਉਹਨਾਂ ਦਾ ਤਾਂ ਪਤਾ ਨਹੀਂ, ਯਾਨੀ ਉਹ ਮਾਰਨ ਲਈ ਲੈ ਵੀ ਗਏ। ਸੋ ਇਹ ਅੱਜ ਵੀ ਜਿਹੜੀਆਂ ਔਰਤਾਂ ਧੀ ਜੰਮਦੀਆਂ ਨੇ ਉਹ ਜਿਸ ਮਾਹੌਲ ਚੋਂ ਲੰਘਦੀਆਂ ਨੇ, ਜ਼ਰਾ ਸੋਚ ਕੇ ਵੇਖੋ ਕਿ ਇੱਕ ਮਾਂ ਜਿਹਨੂੰ ਅਜੇ ਉਹ ਖੁਸ਼ੀ ਅਸੀਂ ਲੈਣ ਹੀ ਨਹੀਂ ਦਿੱਤੀ ਕਿ ਉਹਨੇ 9 ਮਹੀਨੇ ਦੀਆਂ ਲਗਾਤਾਰ ਪੀੜਾਂ ਸਹਿ ਕੇ ਹੁਣ ਜਦੋਂ ਉਹਨੇ ਜੰਮਿਆ ਤੇ ਫਿਰ ਉਹ ਉਸਨੂੰ ਵੇਖ ਵੀ ਨਾ ਸਕੇ ਬੱਚੇ ਨੂੰ, ਉਸ ਤੋਂ ਪਹਿਲਾਂ ਹੀ ਉਹਦੇ ਬੱਚੇ ਨੂੰ ਵੀ ਮਾਰ ਮੁਕਾਉਣ ਦੀ ਗੱਲ ਸਿਰਫ ਇਸ ਕਾਰਨ ਹੋ ਰਹੀ ਹੋਈ ਕਿ ਕੁੜੀ ਏ, ਤੇ ਉਹਨੂੰ ਆਪ ਵੀ ਇਹ ਲਾਹਨਤਾਂ ਸੁਣਨੀਆਂ ਪੈ ਰਹੀਆਂ ਹੁਣ, ਜਦਕਿ ਕੁਦਰਤ ਨੇ ਜ਼ਿੰਮੇਵਾਰੀ 100% ਸਿਰਫ ਤੇ ਸਿਰਫ ਪਿਤਾ ਨੂੰ ਦਿੱਤੀ। ਮੈਂ ਜ਼ਿੰਮੇਵਾਰੀ ਦਾ ਲਫ਼ਜ਼ ਵਰਤਿਆ ਜੇ, ਇਹਦੇ ਵਿੱਚ ਮੈਂ ਇਹ ਨਹੀਂ ਕਿਹਾ ਕਿ ਉਹਦੀ ਕੋਈ ਗਲਤੀ ਹੈ, ਜ਼ਿੰਮੇਵਾਰੀ ਜੇ ਜੋ ਆਪਾਂ ਗਲਤੀ ਔਰਤ ਦੀ ਮੰਨ ਲੈਂਦੇ ਹਾਂ, ਕਿਉਂਕਿ ਵਾਈ ਕ੍ਰੋਮੋਸੋਮ ਸਿਰਫ ਤੇ ਸਿਰਫ ਮਰਦ ਦੇ ਜਿਸਮ ਵਿੱਚ ਹੁੰਦਾ, ਔਰਤ ਦੇ ਜਿਸਮ ਵਿੱਚ 2X ਕ੍ਰੋਮੋਸੋਮ ਹੀ ਹੁੰਦੇ ਨੇ। ਸੋ ਜੇ ਮੁੰਡਾ ਪੈਦਾ ਹੋਣਾ ਹੋਇਆ ਤਾਂ ਮਰਦ ਦੇ ਵਾਈ ਕ੍ਰੋਮੋਸੋਮ ਤੁਰੇਗਾ ਜੁੜੇਗਾ ਤਾਂ ਹੀ ਹੋਏਗਾ, ਜੇ ਮਰਦ ਦਾ ਐਕਸ ਕ੍ਰੋਮੋਸੋਮ ਤੁਰੇਗਾ ਔਰਤ ਦੇ ਸਰੀਰ ਅੰਦਰ ਤੇ ਹਾਨੀ 2X, ਇਸ ਕਰਕੇ ਕੁੜੀ ਹੀ ਪੈਦਾ ਹੋਏਗੀ। ਸੋ ਕੁਦਰਤ ਨੇ ਇਹ ਜ਼ਿੰਮੇਵਾਰੀ ਮਰਦ ਤੇ ਦਿੱਤੀ ਹੈ, ਪਿਤਾ ਤੇ ਦਿੱਤੀ ਹੈ ਕਿ ਘਰ ਵਿੱਚ ਧੀ ਜੰਮਣੀ ਹੈ ਜਾਂ ਮੁੰਡਾ, ਪਰ ਇਹ ਅਫਸੋਸ ਕਿ ਅਸੀਂ ਸਾਰੇ ਦਾ ਸਾਰਾ ਓਨਸ ਇਹ ਔਰਤ ਤੇ ਪਾ ਦਿੰਦੇ ਹਾਂ, ਉਹਨੂੰ ਬਾਹਰ ਕੱਢ ਦਿੰਦੇ ਹਾਂ, ਉਹਨੂੰ ਹੀ ਸਜ਼ਾ ਮਿਲਦੀ ਹੈ ਕਿ ਹੋਰ ਨੂੰ ਲੈ ਆਵਾਂਗੇ, ਇਹ ਤਾਂ ਕੁੜੀਆਂ ਜੰਮਦੀ ਹੈ। ਇਹ ਜੋ ਅਸੀਂ ਖਿਆਲ ਗਲਤ ਆਪਣੇ ਮਨ ਵਿੱਚ ਪਾਲਿਆ ਹੋਇਆ, ਤੇ ਫਿਰ ਇਹ ਕਹਿਣਾ ਕਿ ਉਸੇ ਔਰਤ ਨੂੰ ਇੱਜ਼ਤ ਮਿਲੇਗੀ ਜਿਹੜੀ ਕੁੱਖੋਂ ਮੁੰਡਾ ਜੰਮੇਗੀ, ਇਹ ਚੀਜ਼ਾਂ ਨੇ ਜੋ ਸਾਡਾ ਪੂਰਾ ਕਿਰਦਾਰ ਖਰਾਬ ਕਰ ਰਹੀਆਂ ਨੇ, ਮਾਹੌਲ ਖਰਾਬ ਕਰ ਰਹੀਆਂ ਨੇ। ਸੋ ਕਦੇ ਤਾਂ ਚੇਤੰਨ ਹੋਈ ਹੈ ਕਿ ਅੱਜ ਦੇ ਦਿਨ ਬੇਟੀਆਂ ਓਨਾ ਹੀ ਤਗੜਾ ਰੋਲ, ਬਲਕਿ ਕਈ ਥਾਈ ਤਾਂ ਉਹ ਬੜਾ ਇਸ ਤਰ੍ਹਾਂ ਦਾ ਮਿਸਾਲੀ ਰੋਲ ਨਿਭਾ ਚੁੱਕੀਆਂ ਨੇ ਜੋ ਵਿਸ਼ਵ ਪੱਧਰ ਤੱਕ ਵੀ ਦਿਸਦਾ, ਜੇ ਉਹ ਜੇ ਰਾਸ਼ਟਰਪਤੀ ਰਹਿ ਸਕਦੀ ਹੈ, ਟੌਪ ਦੀ ਸਪੋਰਟਸ ਵੁਮੈਨ ਬਣ ਸਕਦੀ ਹੈ, ਟੌਪ ਦੀ ਬਿਜ਼ਨਸ ਵੁਮੈਨ ਬਣ ਸਕਦੀ ਹੈ, ਤਾਂ ਫਿਰ ਉਹਨੂੰ ਕੋਈ ਵੀ ਰੋਕ ਤਾਂ ਕਿਸੇ ਥਾਂ ਹੈ ਨਹੀਂ, ਸਿਰਫ ਆਪਣੀ ਸੋਚ ਬਦਲਣ ਦੀ ਲੋੜ ਹੈ। ਬਿਲਕੁਲ ਬਿਲਕੁਲ ਮੈਮ, ਇੱਕ ਸਵਾਲ ਹੋਰ ਹੈ, ਜਿਵੇਂ ਗੈਂਗਸਟਰ ਕੋਈ ਵੀ ਮਾਂ ਜਾਂ ਕੋਈ ਵੀ ਯੋਧਾ ਜਿਹੜੀ ਉਹ ਢਿੱਡੋਂ ਨਹੀਂ ਪੈਦਾ ਕਰਦੀਗੀ, ਕਿਹੜੇ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ, ਜਾਂ ਜਿਹੜਾ ਹੁਣ ਅੱਜ ਦਾ ਇੰਸੀਡੈਂਟ ਹੈਗਾ ਵਾ, ਜਿਹੜੀ ਅੱਜ ਦੀ ਇਹ ਖਬਰ ਹੈਗੀ ਆ, ਇਹਨੂੰ ਕਿਵੇਂ ਦੇਖਿਆ ਜਾਵੇ, ਕਿਵੇਂ ਕਰਾਰੀ ਚੋਟ ਦੇਖਿਆ ਜਾਵੇ ਇਸ ਚੀਜ਼ ਨੂੰ ਗੈਂਗਸਟਰਵਾਦ ਤੇ? ਇੱਕ ਦੇਖੋ, ਮੈਂ ਜਿਵੇਂ ਜ਼ਿਕਰ ਕੀਤਾ ਕਿ ਹਿਟਲਰ ਵੀ ਬਚਿਆ ਨਹੀਂ, ਉਹਨੇ ਜਿੰਨਾ ਵੀ ਜ਼ੁਲਮ ਕਰਨਾ ਸੀ ਉਹਨੇ ਕੀਤਾ, ਉਹਨੇ ਛੱਡਿਆ ਕੁਝ ਨਹੀਂ, ਜਾਂ ਹੋਰ ਵੀ ਕੋਈ, ਉਹ ਇਕੱਲਾ ਨਹੀਂ ਸੀ, ਚੰਗੇਜ਼ ਖਾਨ ਤੋਂ ਲੈ ਕੇ ਤੁਸੀਂ ਇੱਧਰ ਹੇਠਾਂ ਤੱਕ ਅਬਦਾਲੀ ਤੱਕ ਆ ਜਾਓ, ਕੋਈ ਵੀ ਅਜਿਹਾ ਨਹੀਂ ਸੀ ਜਿਹਨੇ ਜ਼ੁਲਮ ਨਾ ਕੀਤੇ ਹੋਣ, ਪਰ ਕੀ ਉਹ ਬਚਿਆ, ਜਾਂ ਉਹ ਜ਼ਾਲਮਾਂ ਨੂੰ ਕੋਈ ਕਿਸ ਤਰੀਕੇ ਯਾਦ ਰੱਖਦਾ ਹੈ, ਇਹ ਬਹੁਤ ਅਹਿਮ ਹੁੰਦਾ ਜੀ ਇਤਿਹਾਸ ਦੇ ਵਿੱਚ, ਇਹੋ ਜਿਹੇ ਜ਼ੁਲਮ ਕਰਨ ਵਾਲੇ ਭਾਵੇਂ ਉਹ ਗੈਂਗਸਟਰ ਹੋਣ ਜਾਂ ਕੋਈ ਵੱਡੇ ਤੋਂ ਵੱਡਾ ਰਾਜਾ ਹੋਏ, ਉਹਨੂੰ ਯਾਦ ਸਿਰਫ
ਉਸੇ ਤਰੀਕੇ ਕੀਤਾ ਜਾਂਦਾ ਜੇ ਜਿਸ ਤਰੀਕੇ ਦੇ ਲੋਕ ਆਪਣੇ ਮਨਾਂ ਵਿੱਚ ਉਹਨੂੰ ਵਸਾਉਂਦੇ ਨੇ ਤੇ ਉਹ ਜੇ ਜ਼ਾਲਮ ਹੈ ਤਾਂ ਲੋਕ ਉਸੇ ਤਰੀਕੇ ਮੂੰਹ ਨੱਕ ਭੀਚ ਕੇ ਮਾੜੀ ਸ਼ਬਦਾਵਲੀ ਬੋਲ ਕੇ ਹੀ ਉਹਨੂੰ ਯਾਦ ਕਰਨਗੇ ਜਾਂ ਦੂਸਰੇ ਨੂੰ ਵੀ ਕਿਸੇ ਨੂੰ ਲਾਹਨਤ ਪਾਣੀ ਹੋਏ ਤੇ ਉਸੇ ਨਾਮ ਨਾਲ ਦੇਣਗੇ। ਜਿੱਥੇ ਚੰਗੇ ਬੰਦੇ ਦੇ ਨਾਂ ਤੋਂ ਬੰਦਾ ਅੰਦਰੋਂ ਹੀ ਆਪਣਾ ਸਿਰ ਝੁਕਾ ਦਿੰਦਾ ਜੇ, ਮਨ ਅੰਦਰ ਇੱਜ਼ਤ ਉਪਜਦੀ ਜੇ, ਉਹੀ ਕੰਮ ਹੁੰਦਾ ਜੇ ਕਿਸੇ ਵੀ ਚੰਗੇ ਇਨਸਾਨ ਵੱਲ ਕਿਸੇ ਦਾ ਝੁਕਾ ਹੋਣਾ। ਦੇਖੋ ਨਿੱਕੀ ਜਿਹੀ ਇਗਜ਼ਾਮਪਲ ਹੈ, ਤੁਹਾਨੂੰ ਜੇ ਕੂੜੇ ਦੇ ਢੇਰ ਕੋਲੋਂ ਲੰਘਣਾ ਪਵੇ, ਮੈਨੂੰ ਨੀ ਲੱਗਦਾ ਤੁਸੀਂ ਕਹੋਗੇ ਲੰਬੇ ਸਾਹ ਖਿੱਚ ਖਿੱਚ ਕੇ ਮਜ਼ੇ ਲੈ ਕੇ ਲੰਘਦਾ। ਹਰ ਬੰਦਾ ਹੀ ਨੱਕ ਤੇ ਰੁਮਾਲ ਰੱਖ ਸਾਹ ਰੋਕ ਕੇ ਹੀ ਲੰਘਦਾ ਜੇ। ਤੇ ਇਸੇ ਤਰ੍ਹਾਂ ਜੇ ਤੁਸੀਂ ਬਹੁਤ ਖੁਸ਼ਬੂਦਾਰ ਫੁੱਲਾਂ ਦੇ ਵਿੱਚੋਂ ਲੰਘਦੇ ਹੋਵੋ ਤਾਂ ਤੁਸੀਂ ਬਹੁਤ ਤੁਹਾਡੇ ਚਿਹਰੇ ਤੇ ਆਪਣੇ ਆਪ ਖੁਸ਼ੀ ਵੀ ਆਉਂਦੀ ਜੇ ਲੰਬਾ ਸਾਹ ਵੀ ਖਿੱਚਦੇ ਹੋ ਤੇ ਉਸ ਥਾਂ ਨੂੰ ਯਾਦ ਰੱਖਦੇ ਹੋ। ਬਿਲਕੁਲ ਇਹੋ ਕੁਛ ਇਨਸਾਨੀ ਤਬੀਅਤ ਦੀ ਹੁੰਦੀ ਜੇ ਕਿ ਜੇ ਤੁਸੀਂ ਗੈਂਗਸਟਰ ਦਾ ਸਾਹਮਣਾ ਕਰਦੇ ਹੋ ਤੁਹਾਡੇ ਮਨ ਅੰਦਰ ਭਾਵੇਂ ਭੈ ਹੋਵੇ ਪਰ ਉਹ ਹੌਲੀ ਹੌਲੀ ਨਫ਼ਰਤ ਵੱਲ ਹੀ ਤਬਦੀਲ ਹੁੰਦੀ ਜੇ, ਉਹ ਤੁਹਾਨੂੰ ਮਨ ਅੰਦਰ ਗੰਦਗੀ ਹੀ ਲੱਗਦੀ ਜੇ, ਤੁਸੀਂ ਉੱਥੇ ਬਹੁਤੀ ਦੇਰ ਖੜੇ ਹੋਣਾ ਬੈਠਣਾ ਪਸੰਦ ਨਹੀਂ ਕਰੋਗੇ, ਪਰ ਜਿੱਥੋਂ ਪੋਜ਼ਿਟਿਵ ਵਾਈਬਸ ਆਉਂਦੀਆਂ ਹੋਣ ਕਿ ਹਾਂ ਇਹ ਜੇ ਜਿੱਥੇ ਪਾਸ ਬੈਠ ਕੇ ਵੀ ਸਾਨੂੰ ਬਹੁਤ ਚੰਗਾ ਲੱਗ ਰਿਹਾ ਜਾਂ ਵਧੀਆ ਲੱਗ ਰਿਹਾ, ਉਸ ਬਾਬਤ ਗੱਲ ਕਰਕੇ ਵੀ ਸਾਨੂੰ ਅੱਛਾ ਲੱਗਦਾ, ਤਾਂ ਅਸੀਂ ਯਕੀਨਨ ਉਹਦੇ ਬਾਰੇ ਹੀ ਜ਼ਿਆਦਾ ਝੁਕਾ ਰੱਖਾਂਗੇ, ਉਸੇ ਬਾਬਤ ਹੀ ਗੱਲ ਕਰਾਂਗੇ। ਐਗਜੈਕਟਲੀ ਇਹੋ ਇੱਥੋਂ ਸਬਕ ਮਿਲਦਾ ਜੇ ਕਿ ਜਿੰਨੇ ਵੀ ਜ਼ੁਲਮ ਕਰਨ ਵਾਲੇ ਨੇ, ਮਾਰਨ ਵਾਲੇ ਨੇ, ਇੱਕ ਪਲ ਯਾਦ ਰੱਖ ਲੈਣ ਕਿ ਉਹ ਵੀ ਸਦੀਵੀ ਨਹੀਂ, ਅਗਲੀ ਪਲ ਇੱਕੋ ਹੀ ਪਲ ਇੱਕ ਦਮੀ ਆਸੀ ਆਦਮੀ, ਕੱਲ ਉਹ ਵੀ ਨਹੀਂ ਰਹਿਣੇ ਪਰ ਯਾਦ ਕੀ ਕੀਤੇ ਜਾਣਗੇ। ਬਸ ਇੰਨਾ ਹੀ, ਇੱਕ ਨਾਇਕ ਵਜੋਂ ਜਾਂ ਹਲ ਨਾਇਕ ਵਜੋਂ, ਤੇ ਖਲ ਨਾਇਕਾਂ ਨੂੰ ਕੋਈ ਬਹੁਤੇ ਸਮੇਂ ਤੱਕ ਯਾਦ ਰੱਖਦਾ ਨਹੀਂ। ਜੀ ਮੈਮ, ਤੁਸੀਂ ਬੱਚਿਆਂ ਦੇ ਡਾਕਟਰ ਮਾਹਿਰ ਵਜੋਂ ਰਹੇ ਹੋ, ਆਪਣੀਆਂ ਸੇਵਾਵਾਂ ਨਿਭਾਈਆਂ ਨੇ, ਤੁਹਾਡਾ ਜਿਹੜਾ ਵਾਹ ਵਾਸਤਾ ਹੈਗਾ ਵਾ ਮਾਤਾਵਾਂ ਦੇ ਨਾਲ ਵੀ ਕਾਫੀ ਰਿਹਾ ਵਾ। ਇੱਕ ਵਿਲ ਪਾਵਰ ਹੁੰਦੀ ਹੈ ਜਿਹੜੀ ਕਿ ਮਾਤਾ ਚਰਨ ਕੌਰ ਦੇ ਵਿੱਚ ਦੇਖਣ ਨੂੰ ਮਿਲੀ ਹੈ, ਅਜਿਹੀਆਂ ਉਦਾਹਰਨਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਹੁਣ ਤੱਕ ਕਿੰਨੀਆਂ ਕੁ ਦੇਖੀਆਂ? ਮੈਨੂੰ ਲੱਗਦਾ ਹੈ ਪ੍ਰੋਗਰਾਮ ਤਾਂ ਥੋੜਾ ਪੈ ਜਾਣਾ ਜੇ, ਕਿਉਂਕਿ ਮੇਰੇ ਕੋਲ ਤਾਂ ਬੇਅੰਤ ਨੇ ਇਹੋ ਜਿਹੀਆਂ ਐਗਜ਼ਾਮਪਲ ਜਿੱਥੇ ਬੇਟੀਆਂ ਢਹਿੰਦੀ ਕਲਾ ਵੱਲ ਵੀ ਗਈਆਂ ਤੇ ਫਿਰ ਉਹ ਜ਼ੁਲਮ ਦੇ ਖੜੀਆਂ ਵੀ ਹੋਈਆਂ, ਲੜੀਆਂ ਵੀ। ਮੈਂ ਉਹਨਾਂ ਚੋਂ ਇੱਕ ਐਗਜ਼ਾਮਪਲ ਹੋਰ, ਕਿਉਂਕਿ ਬਹੁਤ ਸਾਰੀਆਂ ਨੇ, ਉਹ ਨਿਆਂ ਨਹੀਂ ਹੋਏਗਾ ਮੇਰੇ ਵੱਲੋਂ ਜੇ ਮੈਂ ਕਵਾਂ ਕੋਈ ਕਾਦੇ, ਪਰ ਮੈਂ ਇੱਕ ਐਗਜ਼ਾਮਪਲ ਇਸ ਕਾਰਨ ਦੱਸਣਾ ਚਾਹੁੰਦੀ ਹਾਂ ਕਿ ਉਸ ਔਰਤ ਨੂੰ ਕੱਢ ਦਿੱਤਾ ਗਿਆ ਸੀ ਆਪਣੇ ਘਰੋਂ ਸਿਰਫ ਇਸ ਕਾਰਨ ਕਿ ਉਹਨੇ ਧੀ ਜੰਮੀ। ਇਹ ਗੱਲ ਬਹੁਤ ਪੁਰਾਣੀ, ਜੇ ਮੇਰਾ ਖਿਆਲ ਹੈ ਵੀ 22 ਸਾਲ ਪੁਰਾਣੀ ਹੋ ਗਈ ਹੋਣੀ ਹੈ। ਤੇ ਅਸੀਂ, ਮੈਂ ਤੇ ਮੇਰੇ ਪਤੀ ਡਾਕਟਰ ਗੁਰਪਾਲ ਸਿੰਘ, ਅਸੀਂ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਵਿੱਚ ਉਦੋਂ ਸ਼ਾਮ ਨੂੰ ਮੱਥਾ ਟੇਕਣ ਗਏ ਸਾਂ, ਜਦੋਂ ਇਹ ਰੋਂਦੀ ਹੋਈ ਔਰਤ ਸਾਨੂੰ ਲੱਭੀ ਸੀ। ਉਹਦੇ ਕੋਲ ਉਹ ਰੋਂਦੀ ਹੋਈ, ਉਹਦੇ ਗੋਦ ਵਿੱਚ ਧੀ ਸੀ ਨਵ ਜੰਮੀ। ਤੇ ਜਦੋਂ ਪੁੱਛਿਆ ਅਸੀਂ ਕਿ ਕੀ ਹੋਇਆ, ਕਿਸ ਤਰ੍ਹਾਂ ਕੋਈ ਲੋੜ ਹੈ ਦੱਸੋ, ਅਸੀਂ ਕੰਮ ਆ ਸਕਦੇ ਹਾਂ, ਤਾਂ ਉਹਨੇ ਆਪਣੀ ਪਿੱਠ ਇਸ ਤਰ੍ਹਾਂ ਚੁੱਕ ਕੇ ਪਿੱਛੋਂ ਦਿਖਾਇਆ ਤੇ ਉੱਥੇ ਪ੍ਰੈਸ ਦਾ ਨਿਸ਼ਾਨ ਸੀ। ਇਸੇ ਤਰ੍ਹਾਂ ਉਹਦੇ ਗਲੇ ਦਾ ਵੀ ਉਹਨੇ ਦਿਖਾਇਆ ਕਿ ਕਿਵੇਂ ਉਹਨੂੰ ਪੱਖੇ ਨਾਲ ਲਟਕਾ ਕੇ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਸੀ ਕਿ ਉਹਦੇ ਕੁੱਖ ਵਿੱਚ
ਉਹਦੀ ਗੋਦ ਵਿੱਚ ਹੁਣ ਧੀ ਸੀ, ਉਹਨੇ ਧੀ ਨੂੰ ਜੰਮਿਆ ਸੀ। ਇਹ ਸੀ ਮਾਹੌਲ ਜਿੱਥੋਂ ਸ਼ੁਰੂ ਹੋਈ। ਤੇ ਹੁਣ ਉਹ ਬੇਟੀ ਅੱਜ USA ਦੇ ਵਿੱਚ ਉਹ ਇਕੱਲੀ ਮਾਂ ਨੇ ਹੀ ਪਾਲਿਆ ਕਿ ਮੈਂ ਆਪਣੇ ਕੁੱਖੋਂ ਇਹਨੂੰ ਜੰਮਿਆ, ਤੇ ਕਿੰਨੇ ਵੀ ਉਹਨਾਂ ਨੇ ਜ਼ੁਲਮ ਕੀਤੇ ਹੋਣ ਮੈਂ ਵੱਖ ਰਹਿ ਕੇ ਪਾਲ ਸਕਦੀ ਹਾਂ। ਸੋ ਉਹਨੇ ਘਰਾਂ ਵਿੱਚ ਕੰਮ ਵੀ ਕੀਤਾ, ਫਿਰ ਬਹੁਤ ਕੁਛ ਉਹਦੀ ਮੈਂ ਜਾਣਦੀ ਆ ਕਿੰਨੀ ਮਿਹਨਤ ਨਾਲ ਉਹਨੇ ਆਪਣੀ ਬੇਟੀ ਪਾਲੀ, ਤੇ ਹੁਣ ਉਹ ਬੇਟੀ ਇਸ ਵੇਲੇ ਅਮਰੀਕਾ 'ਚ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜੇ ਮਨ ਵਿੱਚ ਠਾਣ ਲੈਣ ਜੀ ਤਾਂ ਬੇਟੀਆਂ ਬਿਨਾਂ ਲੱਤਾਂ ਦੇ ਐਵਰੈਸਟ ਤੱਕ ਚੜ੍ਹ ਸਕਦੀਆਂ ਨੇ। ਸਾਡੇ ਕੋਲ ਬਹੁਤ ਐਗਜ਼ਾਮਪਲਸ ਨੇ ਲੱਤਾਂ ਤੋਂ ਬਗੈਰ ਜਿਹੜੀਆਂ ਨੇ ਕਮਾਲ ਕਰ ਵਿਖਾਇਆ ਵਿਸ਼ਵ ਪੱਧਰ ਤੇ। ਈਵਨ ਇੱਕ ਮਾਰੀਆ ਜੋ ਔਰਤ ਸੀ ਜਿਹੜੀ ਏਰੋਪਲੇਨ ਦੇ ਵਿੱਚ ਏਅਰ ਹੋਸਟਸ ਸੀ, ਜਿਸਨੇ ਆਪ ਹੀ ਉਹਨੂੰ ਮਾਪਿਆਂ ਨੇ ਸੁੱਟ ਦਿੱਤਾ ਸੀ ਕੁੜੀ ਹੋਣ ਕਾਰਨ, ਤੇ ਕਿਵੇਂ ਉਹਨੂੰ ਸਿੰਗਲ ਮਦਰ ਨੇ ਪਾਲਿਆ ਜਿਹਦੇ ਆਪਣੇ ਚਾਰ ਹੋਰ ਬੱਚੇ ਸਨ। ਮੈਂ ਇਸ ਕਾਰਨ ਉਹਦਾ ਐਗਜ਼ਾਮਪਲ ਦੇਣ ਲੱਗੀ ਹਾਂ ਕਿ ਉਹਨੇ ਸਿਰਫ ਇੱਕੋ ਵਾਰ ਜ਼ਿੰਦਗੀ 'ਚ ਇੱਕ ਵਾਰ ਉਤਰੀ ਧਾਕੇ ਦੇ ਵਿੱਚ, ਜਦੋਂ ਉਹਨੇ ਉੱਤਰ ਕੇ ਦੇਖਿਆ ਵੀ ਉੱਥੇ ਗਰੀਬੀ ਅੱਤ ਦੀ ਸੀ, ਉਹਨੇ ਉੱਥੇ ਹੀ ਖੜੀ ਨੇ ਸੋਚਿਆ ਕਿ ਮੈਂ 10 ਬੱਚਿਆਂ ਦੀ ਘੱਟੋ ਘੱਟ ਪੜ੍ਹਾਈ ਜ਼ਰੂਰ ਇਹਨਾਂ ਦਾ ਖਰਚਾ ਚੁੱਕਣਾ ਚਾਹੁੰਦੀ ਹਾਂ, ਤੇ ਉਹਦੀ ਆਪਣੀ ਕਮਾਈ ਇੰਨੀ ਨਹੀਂ ਸੀ। ਸੋ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਕਿਸੇ ਤੋਂ ਮਦਦ ਮੰਗਾਂ, ਕੋਈ ਤਿਆਰ ਨਹੀਂ ਸੀ ਹੋਇਆ। ਅਖੀਰ ਉਹਨੇ ਆਪ ਹੀ ਹੌਲੀ ਹੌਲੀ ਭੱਜਣਾ ਸ਼ੁਰੂ ਕੀਤਾ, ਉਹਨੇ ਦੇਖਿਆ ਕਿ ਇਹ ਵੀ ਇੱਕ ਤਰੀਕਾ ਜੇ। ਸੋ ਉਹਨੇ ਮੈਰਾਥੋਨ ਵੀ ਭੱਜੇ, ਉਸ ਤੋਂ ਵੀ ਬਹੁਤ ਕੁਛ, ਇੰਗਲਿਸ਼ ਚੈਨਲ ਪਾਰ ਕੀਤੀ, ਨੌਰਥ ਪੋਲ ਤੱਕ ਗਈ, ਤੇ ਇਸ ਵੇਲੇ ਉਹ UN ਵੱਲੋਂ ਇਸ ਕਾਰਨ ਸਨਮਾਨਿਤ ਕੀਤੀ ਗਈ ਕਿ ਉਹਨੇ ਇੱਕ ਜਾਂ ਦੋ ਨਹੀਂ ਭਾਜੀ 600 ਟਾਕੇ ਦੇ ਉਹ ਬੱਚਿਆਂ ਦੀ ਮਾਂ ਬਣੀ ਹੈ, ਉਹਨਾਂ ਨੂੰ ਪੜ੍ਹਾਇਆ ਲਿਖਾਇਆ, ਤੇ ਉਹਨਾਂ ਦੀ ਉਹ ਪਾਲਣ ਹਾਰ ਬਣ ਗਈ। ਸੋ ਇਹ ਹੁੰਦਾ ਜੇ ਜਦੋਂ ਔਰਤ ਠਾਣ ਲਵੇ ਕਿ ਮੈਂ ਇਸ ਸਮਾਜ ਨੂੰ ਮੂੰਹ ਤੋੜ ਜਵਾਬ ਦੇਣਾ ਜਾਂ ਮੈਂ ਆਪਣੀ ਹਿੰਮਤ ਨਾਲ ਕਰ ਸਕਦੀ ਹਾਂ। ਇਹ ਮਨ ਦੇ ਅੰਦਰ ਸਿਰਫ ਠਾਣ ਹੀ ਲੈਣਾ ਹੁੰਦਾ, ਹਿੰਮਤ ਕੁਦਰਤ ਨੇ ਹਰ ਕਿਸੇ ਵਿੱਚ ਭਰੀ ਹੋਈ ਹੈ। ਇਸੇ ਕਾਰਨ ਮੈਂ ਜ਼ਿਕਰ ਕਰ ਰਹੀ ਹਾਂ ਕਿ ਪੰਜਾਬੀ ਔਰਤਾਂ ਨੇ ਤਾਂ ਜੱਥਿਆਂ ਦੇ ਵਿੱਚ ਜਾ ਕੇ ਛਾਤੀਆਂ ਤੇ ਗੋਲੀਆਂ ਖਾਧੀਆਂ, ਤੇ ਉਹ ਪੰਜਾਬੀ ਔਰਤ ਸੀ ਜਿਹਨੇ ਇਹੋ ਇਹੋ ਜਿਹੇ ਸਿਰ ਵਾਰਨ ਵਾਲੇ ਪੈਦਾ ਕੀਤੇ। ਤੇ ਸਿਰ ਦੇਖੋ ਨਾ, ਇਹੋ ਜਿਹੀਆਂ ਮਾਵਾਂ ਦੇ ਕੁੱਖੋਂ ਹੀ ਹਰੀ ਸਿੰਘ ਨਲੂਆ ਜੰਮਦੇ ਨੇ, ਜਿਹੜੇ ਬਾਗ ਮਾਰ ਖਵਾਉਂਦੇ ਨੇ ਉਹ ਮਾਵਾਂ ਹੀ ਹੁੰਦੀਆਂ ਨੇ ਜਿਹਨਾਂ ਦੇ ਕੁੱਖੋਂ ਸ਼ਿਵਾਜੀ ਵਰਗੇ ਆ ਜਾਂਦੇ ਨੇ, ਪਰ ਉਹਨਾਂ ਨੂੰ ਤਗੜਾ ਕਰਨਾ ਮਾਵਾਂ ਦੇ ਜ਼ਿੰਮਾ ਹੁੰਦਾ। ਤੇ ਇਸ ਮਾਂ ਨੇ ਵੀ ਦਿਖਾ ਦਿੱਤਾ ਕਿ ਅੱਜ ਦੇ ਦੌਰ ਵਿੱਚ ਵੀ ਉਹਨਾਂ ਮਾਵਾਂ ਦੀ ਕਮੀ ਨਹੀਂ ਹੋਈ ਜੀ। ਮੈਮ ਵੈਸੇ ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਲਿਖਿਆ ਸੀਗਾ ਕਿ ਵੀ ਤੁਸੀਂ ਵੀ 400 ਵਿਦਿਆਰਥਣਾਂ ਅਜਿਹੀਆਂ ਹੈਗੀਆਂ ਨੇ ਜਿਨ੍ਹਾਂ ਦੇ ਲਈ ਕੰਮ ਕੀਤਾ, ਉਹਨਾਂ ਨੂੰ ਫ੍ਰੀ ਜਿਹੜੀ ਸਿੱਖਿਆ ਪ੍ਰੋਵਾਈਡ ਕੀਤੀ ਹੈ, ਇਹ ਵੀ ਕਾਬਲੇ ਤਾਰੀਫ ਹੈ। ਅਤੇ ਨਾਲ ਹੀ ਮੈਂ ਇੱਕ ਸਵਾਲ ਹੋਰ ਲੈਣਾ ਚਾਹੁੰਦਾ ਕਿ ਜਿਹੜੀ ਵਿਧੀ ਦੇ ਰਾਹੀਂ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਦਾ ਮਾਹੌਲ ਆਇਆ, ਇੱਕ ਡਾਕਟਰ ਦੇ ਵਜੋਂ ਤੁਸੀਂ ਇੱਕ ਵਾਰੀ ਜ਼ਰੂਰ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਗੱਲ ਸਾਂਝੀ ਕਰੋ, ਵਿਧੀ ਕੀ ਹੁੰਦੀ ਹੈ ਅਤੇ ਇੱਕ ਜਿਹੜਾ ਵਿੱਚ ਏਜ ਦਾ ਹੁੰਦਾ ਵੱਡੇ ਏਜ ਨੂੰ ਕਿਤੇ ਨਾ ਕਿਤੇ ਧਿਆਨ ਦੇ ਵਿੱਚ ਰੱਖਿਆ ਜਾਂਦਾ, ਇੱਕ ਉਹ ਥੋੜ੍ਹਾ ਜਿਹਾ ਤੁਸੀਂ ਪੁਆਇੰਟ ਕਲੀਅਰ ਕਰ ਦਿਓ ਜੀ। ਬਿਲਕੁਲ, ਇਹਦੇ ਵਿੱਚ ਦੇਖਣਾ ਹੁੰਦਾ ਹੈ ਕਿ ਉਹ ਔਰਤ ਦਾ ਜਨਮ ਉਹਨਾਂ ਹੈ ਜਰ ਸਕਣ ਵਾਲਾ ਜਾਂ ਨਹੀਂ, ਉਹ ਸਾਰੀਆਂ ਹੈਲਥ ਕੰਡੀਸ਼ਨ ਵਗੈਰਾ ਸਾਰਾ ਚੈੱਕ ਕੀਤਾ ਜਾਂਦਾ, ਫਿਰ ਸਟਿਮੂਲੇਸ਼ਨ ਨਾਲ ਉਹਨਾਂ ਦੀ ਓਵਰੀ ਚੋਂ ਯਾਨੀ ਅੰਡਕੋਸ਼ ਚੋਂ ਉਹ ਅੰਡੇ ਦਾ ਹਿੱਸਾ ਯਾਨੀ ਉਹ ਐਗ ਲਿਆ ਜਾਂਦਾ, ਇਸੇ ਤਰ੍ਹਾਂ ਫਿਰ ਉਹ ਸਪਰਮ ਪਿਤਾ ਕੋਲੋਂ ਲੈ ਕੇ ਤੇ ਉਹਨੂੰ ਇਨ ਵਿਟਰੋ ਫਿਰ ਉਹਦੀ ਕਹਿੰਦੇ ਹਾਂ ਅਸੀਂ IVF ਇਨ ਵਿਟਰੋ ਫਰਟੀਲਾਈਜੇਸ਼ਨ ਕੀਤੀ ਜਾਂਦੀ ਹੈ, ਫਿਰ ਇੱਕ ਸਟੇਜ ਤੇ ਆ ਕੇ ਫਿਰ ਉਹਨੂੰ ਮਾਂ ਦੇ
ਢਿੱਡ ਦੇ ਅੰਦਰ ਯਾਨੀ ਉੱਥੇ ਯੂਟਰਸ ਦੇ ਵਿੱਚ ਇੰਪਲਾਂਟ ਕਰ ਦਿੱਤਾ ਜਾਂਦਾ, ਉੱਥੋਂ ਫਿਰ ਉਹ ਰੈਗੂਲਰ ਚੈੱਕਅਪ ਦੇ ਨਾਲ ਉਸ ਬੱਚੇ ਦਾ ਫਿਰ ਇਸ ਤਰੀਕੇ ਉਹ ਮਾਂ ਦਾ ਸਰੀਰ ਉਹਨੂੰ ਅਡੋਪਟ ਕਰਕੇ ਤੇ ਫਿਰ ਅੱਗੋਂ ਇਸ ਤਰੀਕੇ ਨੋਰਮਲ ਲਿਆ ਜਾਂਦਾ। ਅੱਜ ਕੱਲ੍ਹ ਇੱਕ ਹੋਰ ਵੀ ਬੜਾ ਰੁਝਾਨ ਬਣਿਆ ਪਿਆ ਜਿੱਥੇ ਤੁਸੀਂ ਕਿਸੇ ਦਾ ਯੂਟਰਸ ਇਸ ਵੇਲੇ ਜੋ ਸਰੋਗੇਟ ਮਦਰ ਅਸੀਂ ਕਹਿ ਰਹੇ ਹਾਂ ਉਹਨੂੰ ਖਰੀਦਿਆ ਜਾਂਦਾ ਕਿ ਭਾਈ ਸਾਡੀ ਥਾਂ ਤੇ ਆ ਸਾਡੇ ਦੋਨਾਂ ਦੇ ਲੈ ਕੇ ਤੇ ਤੁਸੀਂ ਆਪਣੇ ਢਿੱਡ ਵਿੱਚ ਇਸ ਬੱਚੇ ਨੂੰ ਤਿਆਰ ਕਰੋ। ਉਹ ਆਪੋ ਆਪਣੀ ਸੋਚ ਹੈ, ਦੇਖੋ ਹਰ ਕਿਸੇ ਨੂੰ ਆਪਣੀ ਇਹ ਗੱਲ ਕਹਿਣ ਦੀ ਖੁੱਲ ਹੈ। ਲੋਕ ਕਰਵਾ ਰਹੇ ਨੇ, ਮੈਨੂੰ ਇਸ ਕਾਰਨ ਉਹ ਜਾਇਜ਼ ਨਹੀਂ ਲੱਗਦਾ ਕਿ ਬਹੁਤੀ ਵਾਰ ਇਹ ਬੇਟੀਆਂ ਕੁਆਰੀਆਂ ਦੇ ਉੱਤੇ ਇਹ ਧਿਆਨ ਕੀਤਾ ਜਾਂਦਾ ਜੋ ਭਾਰਤ ਵਿੱਚੋਂ ਇਸ ਵੇਲੇ ਕਾਫੀ ਵੱਡੀ ਗਿਣਤੀ ਚ ਲਈਆਂ ਜਾਂਦੀਆਂ ਕਿ ਜਿਹਨੇ ਪੈਸੇ ਵਾਲੇ ਨੇ ਉਹ ਆਪਣਾ ਇਸ ਸਿਰਫ ਕਾਰਨ ਕਿ ਸਾਡਾ ਸਰੀਰ ਨਾ ਖਰਾਬ ਹੋ ਜਾਏ ਅਸੀਂ ਕਿਸੇ ਹੋਰ ਦੇ ਕੁੱਖੋਂ ਇਹ ਲੈਣਾ ਚਾਹੁੰਦੇ ਹਾਂ ਆਪਣੀ ਸੋਚ ਹੈ। ਪਰ ਮੈਨੂੰ ਇਹ ਚੀਜ਼ ਇਸ ਕਾਰਨ ਚੰਗੀ ਨਹੀਂ ਲੱਗਦੀ ਕਿ ਉਹੀ ਮਾਂ ਜਿਹਨੇ ਆਪਣੇ ਕੁੱਖ ਵਿੱਚ ਉਹਦੀ ਹਰ ਨਿੱਕੀ ਮੋਟੀ ਗੱਲ ਸੁਣੀ ਹੋਵੇ, ਉਹਦੇ ਨਾਲ ਗੱਲਾਂ ਕੀਤੀਆਂ ਹੋਣ, ਉਹ ਲਗਾਓ ਉਸ ਬੱਚੇ ਨੂੰ ਉਸ ਤੋਂ ਖੋਹ ਲਿਆ ਜਾਵੇ ਤੇ ਫਿਰ ਕਿਸੇ ਹੋਰ ਉਸ ਥਾਂ ਤੇ ਦੇ ਦਿੱਤਾ ਜਾਵੇ। ਜਿਹੜੀ ਮਾਂ ਆਪ ਇਨਕਾਰੀ ਸੀ ਕਿ ਮੇਰਾ ਸਰੀਰ ਨਾ ਵਿਗੜ ਜਾਏ ਤੇ ਮੈਂ ਇਹਨੂੰ ਫਿਰ ਵੀ ਲੈਣਾ, ਕਿਸੇ ਪਾਸੇ ਜਾਇਜ਼ ਠਹਿਰਾਇਆ ਜਾ ਨਹੀਂ ਸਕਦਾ। ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ, ਖੈਰ ਜਿਹਨਾਂ ਨੇ ਕਰਨਾ ਜੇ ਜੰਮ ਜੰਮ ਕਰਨ, ਪਰ ਇਸ ਤਰੀਕੇ ਦੀ ਵਧੀਆ ਸਿਸਟਮ ਅਸੀਂ ਜੇ ਇਹਨੂੰ ਇਸੇ ਤਰ੍ਹਾਂ ਕਰੀ ਜਾਵਾਂਗੇ ਤਾਂ ਬਹੁਤ ਗਰੀਬ ਕੁਆਰੀਆਂ ਕੁੜੀਆਂ ਇਸ ਤਰੀਕੇ ਅਸੀਂ ਖਰਾਬ ਕਰੀ ਜਾਵਾਂਗੇ ਜੋ ਸਹੀ ਨਹੀਂ ਹੈ। ਅੱਛਾ ਮੈਮ ਇੱਕ ਲਾਸਟ ਸਵਾਲ ਸੀਗਾ ਜਿਹੜਾ ਕਿ ਜਿਹੜਾ ਏਜ ਨੂੰ ਲੈ ਕੇ ਕੀ ਨਿਯਮ ਹੈਗੇ ਨੇ ਭਾਰਤ ਦੇ ਵਿੱਚ? ਦੇਖੋ ਪਹਿਲਾਂ ਭਾਵੇਂ ਕਾਨੂੰਨ ਪੂਰੇ ਤਿਆਰ ਨਹੀਂ ਸਨ ਹੋਏ ਪਰ ਹੁਣ ਇਸ ਨੂੰ ਅਸੀਂ ਇਸ ਤਰੀਕੇ ਦਾ ਬੱਚਾ ਜਾਇਜ਼ ਠਹਿਰਾਉਂਦੇ ਹਾਂ ਤੇ ਉਹਦਾ ਪੂਰੀ ਉਹਦਾ ਹੱਕ ਵੀ ਦਿੰਦੇ ਹਾਂ ਕਿ ਇਹ ਅੱਗੋਂ ਜਾਇਦਾਦ ਦਾ ਹੱਕ ਜਾਂ ਸਾਰਾ ਕੁਛ ਸਾਂਭਣਾ ਮਲਕੀਅਤ ਅੱਗੋਂ ਸਾਰਾ ਉਹ ਲੈ ਸਕਦਾ। ਦਰਅਸਲ ਭਾਜੀ ਗੱਲ ਇਹ ਵੀ ਹੁੰਦੀ ਜੇ ਜਿਵੇਂ ਇੱਕ ਐਗਜ਼ਾਮਪਲ ਇੱਕ ਇਹ ਵੀ ਪੱਖ ਜੋ ਮੈਂ ਸਾਹਮਣੇ ਰੱਖਣਾ ਚਾਹੁੰਦੀ ਹਾਂ ਵੀ ਮਾਤਾ ਕਰਨ ਚਰਨ ਕੌਰ ਜੀ ਦਾ ਜਿਵੇਂ ਤੁਸੀਂ ਲਿਆ ਕਿ ਉਹਨਾਂ ਦੀ ਜਾਇਦਾਦ ਤੇ ਮੈਂ ਨਹੀਂ ਕਹਿ ਰਹੀ ਇਹ ਕਿ ਜ਼ਰੂਰ ਰੱਖੀ ਹੋਏਗੀ, ਹੋ ਸਕਦਾ ਕਈਆਂ ਨੇ ਅੱਖ ਰੱਖੀ ਹੋਵੇ ਕਿ ਇਹ ਹੋਰ ਕਿੰਨਾ ਲੈ ਲੈਣਗੇ ਜੀ, 20 ਸਾਲ ਲੈ ਲੈਣਗੇ, ਇਸ ਤੋਂ ਬਾਅਦ ਕਿੱਥੇ ਜਾਣਗੇ ਤੇ ਫਿਰ ਅਸੀਂ ਇਹ ਹੜੱਪ ਕਰ ਸਕਦੇ ਹਾਂ ਜਾਂ ਉਸ ਤੋਂ ਪਹਿਲਾਂ ਇਹਨਾਂ ਨੂੰ ਜੇ ਪਾਸੇ ਜਾਂ ਲਾਂਭੇ ਕਰ ਦੇਈ ਅਸੀਂ ਲੈ ਸਕਦੇ ਹਾਂ। ਸੋ ਇਹੋ ਜਿਹੀ ਸੋਚ ਵਾਲੇ ਵੀ ਲੋਕ ਹੁੰਦੇ ਨੇ ਜਿੱਥੇ ਤਾਂ ਸਾਡਾ ਤਾਂ ਸਕੇ ਪੁੱਤਰ ਵੱਲੋਂ ਹੀ ਸਕੇ ਪਿਓ ਦੀ ਇਸ ਤਰੀਕੇ ਅਸੀਂ ਦੇਖ ਚੁੱਕੇ ਹਾਂ ਕਿਵੇਂ ਕਤਲ ਤੱਕ ਕਰ ਜਾਂਦੇ ਨੇ, ਸਕੀਆਂ ਧੀਆਂ ਵੀ ਜਾਇਦਾਦ ਖਾਤਰ ਮਾਰ ਮੁਕਾਉਂਦੀਆਂ ਨੇ ਆਪਣੇ ਮਾਪਿਆਂ ਨੂੰ। ਸੋ ਉਸ ਮਾਹੌਲ ਵਿੱਚ ਇਹ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਇਸਦਾ ਖਿਆਲ ਰੱਖਣ ਦੀ ਲੋੜ ਪੈਣ ਵਾਲੀ ਹੈ ਕਿਉਂਕਿ ਜਦੋਂ ਦੁਸ਼ਮਣ ਚੁਫੇਰੇ ਹੋਣ ਤਾਂ ਫਿਰ ਇੱਕ ਵੱਡੀ ਗੱਲ ਹੈ। ਤੁਸੀਂ ਵੇਖੋ ਨਾ ਵੀਰਾ ਕਿ ਕ੍ਰਿਸ਼ਨ ਜੀ ਨੂੰ ਮਾਰਨ ਵਾਲੇ ਉਹਨੂੰ ਮਾਰ ਸਕੇ ਸਨ? ਸੋ ਇੱਕ ਤਾਂ ਅਸੂਲ ਇਸ ਦੁਨੀਆ ਦਾ ਰਹਿਣਾ ਹੀ ਹੈ ਕਿ ਮਾਰਨ ਵਾਲੇ ਨਾਲੋਂ ਰੱਖਣ ਵਾਲੇ ਦਾ ਹੱਥ ਹਮੇਸ਼ਾ ਹੀ ਉੱਚਾ ਰਿਹਾ ਤੇ ਹਮੇਸ਼ਾ ਹੀ ਉਹ ਰੱਖਦਾ ਵੀ ਰਿਹਾ। ਸੋ ਇਹ ਨਾ ਸੋਚਣ ਮਾਰਨ ਵਾਲੇ ਕਿ ਅਸੀਂ ਰੱਬ ਹੋ ਗਏ ਹਾਂ, ਉਹਨਾਂ ਤੋਂ ਉੱਪਰ ਵੀ ਰੱਬ ਹੈ। ਬਿਲਕੁਲ ਬਿਲਕੁਲ ਬਿਲਕੁਲ।
ਠੀਕ ਹੈ ਮੈਮ, ਬਹੁਤ ਵਧੀਆ ਤੁਸੀਂ ਗੱਲਬਾਤ ਸਾਂਝੀ ਕੀਤੀ ਹੈ, ਕਾਫੀ ਚੀਜ਼ਾਂ ਸਮਝਣ ਵਾਲੀਆਂ ਸੀ ਇਹਦੇ ਵਿੱਚ, ਕਿਉਂਕਿ ਮੇਨ ਜਿਹੜਾ ਸਾਡਾ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦਾ ਮਕਸਦ ਇਹੀ ਸੀਗਾ ਕਿ ਕਿਵੇਂ ਇੱਕ ਜਿਹੜੀ ਮਾਂ 2 ਸਾਲ ਪਹਿਲਾਂ ਟੁੱਟ ਚੁੱਕੀ ਸੀ, ਕਿਵੇਂ ਉਹਨੇ ਦੁਬਾਰਾ ਫਿਰ ਹੌਸਲਾ ਕੀਤਾ, ਫਿਰ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ, ਇਹਨਾਂ ਚੀਜ਼ਾਂ 'ਤੇ ਹੀ ਤੁਹਾਡਾ ਅਸੀਂ ਪੱਖ ਲੈਣਾ ਜ਼ਰੂਰੀ ਸਮਝਦੇ ਸੀ, ਕਿਉਂਕਿ ਤੁਸੀਂ ਆਮ ਤੌਰ 'ਤੇ ਇੰਨਾ ਸਮਾਂ ਬਤੀਤ ਕੀਤਾ, ਬੱਚਿਆਂ ਦੇ ਮਾਹਿਰ ਰਹੇ ਹੋ, ਡਾਕਟਰ ਰਹੇ ਹੋ, ਅਤੇ ਨਾਲ ਹੀ ਜਿਹੜੀਆਂ ਉਹਨਾਂ ਦੀਆਂ ਮਾਤਾਵਾਂ ਤੁਹਾਡੇ ਕੋਲ ਵਿਜ਼ਿਟ ਕਰਦੀਆਂ ਸੀਗੀਆਂ। ਇਸ ਤੋਂ ਇਲਾਵਾ ਤੁਸੀਂ ਜਿਹੜਾ ਔਰਤਾਂ ਦੇ ਪ੍ਰਤੀ ਆਪਣੇ ਕਰਤੱਵ ਨਿਭਾ ਰਹੇ ਹੋ, ਇਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਡੇ ਨਾਲ ਅਸੀਂ ਸਮਝਿਆ ਕਿ ਵੀ ਤੁਹਾਡੇ ਨਾਲ ਹੀ ਇਸ ਚੀਜ਼ ਨੂੰ ਲੈ ਕੇ ਗੱਲਬਾਤ ਕੀਤੀ ਜਾਵੇ। ਸੋ ਤੁਸੀਂ ਇੱਕ ਡਾਕਟਰ ਦੀ ਹੈਸੀਅਤ ਤੋਂ, ਇੱਕ ਸਮਾਜ ਸੇਵਿਕਾ ਦੀ ਹੈਸੀਅਤ ਤੋਂ ਬਹੁਤ ਵਧੀਆ ਢੰਗ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਹੈ, ਜੋ ਕਿ ਦਰਸ਼ਕਾਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਸੀਗੀ। ਤੁਹਾਡਾ ਧੰਨਵਾਦ ਹੈ ਮੈਮ, ਬਹੁਤ ਬਹੁਤ ਧੰਨਵਾਦ ਜੀ। ਸੋ ਗੱਲਬਾਤ ਹੋਈ ਹੈ ਡਾਕਟਰ ਹਰਸ਼ਿੰਦਰ ਹੁਰਾਂ ਦੇ ਨਾਲ, ਜਿਨ੍ਹਾਂ ਬਾਰੇ ਅਸੀਂ ਉਹਨਾਂ ਦੀ ਜੋ ਸ਼ਖਸੀਅਤ ਨੇ ਉਹਨਾਂ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਉਹ ਔਰਤਾਂ ਦੇ ਹੱਕ ਦੇ ਲਈ ਆਪਣਾ ਅੱਜ ਵੀ ਆਪਣੀ ਆਵਾਜ਼ ਬੁਲੰਦ ਕਰਦੇ ਨੇ, ਕਿਵੇਂ ਉਹਨਾਂ ਨੇ ਐਜ਼ ਏ ਡਾਕਟਰ ਆਪਣੀਆਂ ਸੇਵਾਵਾਂ ਨਿਭਾਈਆਂ ਨੇ, ਅਤੇ ਉਹਨਾਂ ਨੇ ਸਾਹਿਤ ਦੇ ਵਿੱਚ ਵੀ ਔਰਤਾਂ ਦੇ ਪ੍ਰਤੀ ਬਹੁਤ ਹੀ ਸੋਹਣੀਆਂ ਗੱਲਾਂ ਲਿਖੀਆਂ ਨੇ, ਅਤੇ ਇਸ ਤੋਂ ਇਲਾਵਾ 400 ਵਿਦਿਆਰਥਣਾਂ ਦੀ ਪੜ੍ਹਾਈ ਦਾ ਖਰਚਾ ਵੀ ਉਹਨਾਂ ਦੀ ਸੰਸਥਾ ਦੇ ਵੱਲੋਂ ਚੱਕਿਆ ਜਾਂਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਾਤਾ ਚਰਨ ਕੌਰ ਦੇ ਵੱਲੋਂ ਇਹ ਕੀਤਾ ਗਿਆ, ਇਹ ਕੰਮ ਇੱਕ ਕਾਬਲੇ ਤਾਰੀਫ ਹੈ ਜੋ ਉਹਨਾਂ ਨੇ ਬੱਚੇ ਨੂੰ ਜਨਮ ਦਿੱਤਾ। ਇੱਕ ਤਾਂ ਉਹਨਾਂ ਦੇ ਘਰ ਮੁੜ ਤੋਂ ਖੁਸ਼ੀਆਂ ਆਈਆਂ ਨੇ, ਦੂਜਾ ਪੰਜਾਬ ਦੇ ਵਿੱਚ ਜਿਹੜੇ ਲੋਕ ਉਦਾਸ ਸੀਗੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ, ਤਾਂ ਉਹਨਾਂ ਦੇ ਚਿਹਰਿਆਂ 'ਤੇ ਵੀ ਖੁਸ਼ੀ ਦੇਖਣ ਨੂੰ ਮਿਲੀ ਹੈ। ਜਿਹੜੇ ਗੀਤ ਸਿੱਧੂ ਮੂਸੇਵਾਲਾ ਨੇ ਗਾਏ ਨੇ, ਹੁਣ ਉਹਨਾਂ ਗੀਤਾਂ 'ਤੇ ਉਹਦਾ ਛੋਟਾ ਵੀਰ, ਛੋਟਾ ਭਰਾ ਨੱਚੂਗਾ, ਜਾਂ ਕਹਿ ਲਈਏ ਪੂਰਾ ਪੰਜਾਬ ਨੱਚੂਗਾ, ਅਤੇ ਇੱਕ ਬਹੁਤ ਵੱਡੀ ਉਪਲਬਧੀ ਅਸੀਂ ਇਸ ਪਰਿਵਾਰ ਦੀ ਮੰਨ ਸਕਦੇ ਹਾਂ। ਅਤੇ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਫਿਰ ਦੁਹਰਾਉਣਾ ਚਾਹੁੰਦੇ ਹਾਂ ਕਿ ਕਿਵੇਂ ਇੱਕ ਮਾਂ ਨੇ ਆਪਣਾ ਹੌਸਲਾ ਬੁਲੰਦ ਕੀਤਾ ਅਤੇ ਦੁਬਾਰਾ ਫਿਰ ਇੱਕ ਬੱਚੇ ਨੂੰ ਜਨਮ ਦਿੱਤਾ, ਜੋ ਕਿ ਇੱਕ ਉਹਨਾਂ ਔਰਤਾਂ ਦੇ ਲਈ ਇੱਕ ਵੱਡਾ ਸੁਨੇਹਾ ਹੈਗਾ, ਜੋ ਔਰਤਾਂ ਢਹਿੰਦੀ ਕਲਾ ਦੇ ਵਿੱਚ ਚਲੀਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਲੱਗਦਾ ਕਿ ਅੱਗੇ ਕੁਛ ਵੀ ਨਹੀਂ ਹੈਗਾ, ਉਹਨਾਂ ਦੇ ਲਈ ਇੱਕ ਵੱਡੀ ਮਿਸਾਲ ਮਾਤਾ ਚਰਨ ਕੌਰ ਦੇ ਵੱਲੋਂ ਪੇਸ਼ ਕੀਤੀ ਗਈ ਹੈ। ਤੁਸੀਂ ਬਣੇ ਰਹੋ ਜਗਬਾਣੀ ਪੰਜਾਬ ਕੇਸਰੀ ਟੀਵੀ ਦੇ ਨਾਲ, ਮੇਰੇ ਨਾਲ ਕੈਮਰਾ ਪਰਸਨ ਹਰਜਿੰਦਰ ਸਿੰਘ।